ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਹਮੇਸ਼ਾ ਹੀ ਆਪਣੇ ਖਾਲਸੇ ਦੇ ਅੰਗ ਸੰਗ ਸਹਾਈ ਰਹਿੰਦੇ ਹਨ। ਜੇਕਰ ਖਾਲਸਾ ਆਪਣੇ ਅੰਦਰ ਇਹ ਧਾਰ ਲਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਨਾਲ ਹਨ, ਮੇਰੇ ਅੰਗ ਸੰਗ ਹਨ, ਤਾਂ ਪ੍ਰਤੱਖ ਰੂਪ ਦੇ ਵਿੱਚ ਖਾਲਸਾ ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਪਾ ਲੈਂਦਾ ਹੈ। ਇਹ ਕੋਈ ਕਰਾਮਾਤ ਜਾਂ ਚਮਤਕਾਰ ਨਹੀਂ, ਸਗੋਂ ਗੁਰੂ ਸਾਹਿਬ ਦੇ ਬਚਨ ਹਨ, ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਉਹ ਕਿਤੇ ਦੂਰ ਨਹੀਂ ਹਨ, ਸਦਾ ਹੀ ਆਪਣੇ ਖਾਲਸੇ ਦੇ ਅੰਗ ਸੰਗ ਸਹਾਈ ਹੋਣਗੇ। ਗੁਰੂ ਸਾਹਿਬ ਨੇ ਅੰਗੀਠੇ ਦੇ ਵਿੱਚ ਜਾਣ ਤੋਂ ਬਾਅਦ ਹੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਸਮੇਂ ਦੇ ਦਰਸ਼ਨ ਦਿੱਤੇ। ਇਤਿਹਾਸ, ਸੰਤ, ਮਹਾਂਪੁਰਖ ਪਿਆਰੇ ਇਸ ਗੱਲ ਦੀ ਗਵਾਹੀ ਭਰਦੇ ਹਨ ਅਤੇ ਇਸ ਦੇ ਵਿੱਚ ਕੋਈ ਤਰਕ ਵਾਲੀ ਗੱਲ ਨਹੀਂ ਹੈ, ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਔਖੀ ਵੇਲੇ ਗੁਰੂ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਖਾਲਸੇ ਦੇ ਸਦਾ ਸਹਾਈ ਹੁੰਦੇ ਹਨ। ਅਜਿਹੀ ਇੱਕ ਘਟਨਾ ਵਾਪਰੀ ਅਤੇ ਸਭ ਦੀਆਂ ਜ਼ਿੰਦਗੀ ਦੀ ਬਦਲ ਗਈ। ਜਿਸ ਨੇ ਇਹ ਸੁਣਿਆ ਉਸਦਾ ਰੋਮ ਰੋਮ ਖੜ੍ਹਾ ਹੋ ਗਿਆ। ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਦੇ ਲਈ ਪਿਆਰ ਅਤੇ ਸਤਿਕਾਰ ਹੋਰ ਵੀ ਭਰ ਗਿਆ। ਇੱਕ ਸਿੱਖ ਕਥਾਵਾਚਕ ਅਮਰੀਕਾ ਦੇ ਵਿੱਚ ਕਥਾ ਕਰ ਰਹੇ ਸੀ ਤਾਂ ਉੱਥੇ ਇੱਕ ਗੁਰਮੁਖ ਪਿਆਰੇ ਨੇ ਉਹਨਾਂ ਦੇ ਘਰ ਲੈ ਗਏ, ਕਾਫੀ ਸੇਵਾ ਸਤਿਕਾਰ ਕੀਤਾ। ਫਿਰ ਪਰਿਵਾਰ ਵਾਲੇ ਨੇ ਕਥਾਵਾਚਕ ਨੂੰ ਆਪਣੇ ਘਰ ਦੇ ਬਜ਼ੁਰਗਾਂ ਨਾਲ ਮਿਲਾਇਆ। ਬਜ਼ੁਰਗ ਦੀ ਉਮਰ ਕਾਫੀ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਨੇ ਇਹ ਵੀ ਸੁਣਿਆ ਸੀ ਕਿ ਉਹਨਾਂ ਦੇ ਬਜ਼ੁਰਗ ਨਾਮ ਬਾਣੀ ਦੇ ਵਿੱਚ ਲੀਨ ਰਹਿਣ ਵਾਲੇ ਹਨ ਅਤੇ ਸਾਰਾ ਜੀਵਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਕੱਢ ਦਿੱਤਾ ਹੈ। ਕਥਾਵਾਚਕ ਨੇ ਵਿਚਾਰਾਂ ਦੇ ਵਿੱਚ ਬਜ਼ੁਰਗ ਨੂੰ ਪੁੱਛ ਲਿਆ ਕਿ ਤੁਹਾਡਾ ਸਾਰਾ ਜੀਵਨ ਨਾਮ ਬਾਣੀ ਦੇ ਨਾਲ ਜੋੜ ਕੇ ਨਿਕਲਿਆ ਹੈ, ਪਰਮਾਤਮਾ ਦੇ ਕਾਫੀ ਕਰੀਬ ਹੋ ਤੁਸੀਂ, ਆਪਣੀ ਜ਼ਿੰਦਗੀ ਦਾ ਕੋਈ ਅਜਿਹੀ ਗੱਲ ਦੱਸੋ ਜਿਸ ਨੇ ਤੁਹਾਡਾ ਆਤਮਿਕ ਜੀਵਨ ਬਦਲ ਕੇ ਰੱਖ ਦਿੱਤਾ ਹੋਵੇ। ਗੁਰੂ ਸਾਹਿਬ ਦੇ ਚਰਨਾਂ ਵਿੱਚ ਤੁਹਾਡੀ ਸਾਂਝ ਪੱਕੀ ਕਰਨ ਵਾਲੀ ਕੋਈ ਘਟਨਾ ਸਾਂਝੀ ਕਰੋ ਤਾਂ ਬਜ਼ੁਰਗ ਦੱਸਣ ਲੱਗੇ ਕਿ ਉਹ ਭਾਰਤ ਰੇਲਵੇ ਵਿੱਚ ਸਿਰਫ ਸਿਵਲ ਇੰਜੀਨੀਅਰ ਸੀ, ਉਹਨਾਂ ਦੀ ਪੋਸਟਿੰਗ ਬਿਹਾਰ ਦੇ ਵਿੱਚ ਸੀ। ਰੇਲਵੇ ਦੇ ਇਮਾਰਤੀ ਕੰਮ ਜਾਂ ਰੇਲਵੇ ਦੇ ਪੁਲਾਂ ਦਾ ਕੰਮ ਉਹਨਾਂ ਦੇ ਕੋਲ ਸੀ। ਜਿਸ ਇਲਾਕੇ ਦੇ ਵਿੱਚ ਉਹਨਾਂ ਦੀ ਡਿਊਟੀ ਸੀ ਉੱਥੇ ਕੋਈ ਵੀ ਪੰਜਾਬੀ ਜਾਂ ਸਰਦਾਰ ਨਹੀਂ ਸੀ, ਸਾਰੇ ਬਿਹਾਰੀ ਕੰਮ ਕਰਦੇ ਸਨ। ਬਾਕੀ ਨਾਲ ਦੇ ਅਫਸਰ ਵੀ ਬਿਹਾਰੀ ਹੀ ਸਨ, ਸੋ ਸਾਰਾ ਇਲਾਕਾ ਦੂਰ ਦੂਰ ਤੱਕ ਬਿਹਾਰੀਆਂ ਦਾ ਹੀ ਸੀ। ਕੋਈ ਸਰਦਾਰ ਨਹੀਂ ਸੀ। ਬਸ ਉਹਨਾਂ ਨੂੰ ਛੱਡ ਕੇ ਬਜ਼ੁਰਗਾਂ ਦੱਸਿਆ ਕਿ ਇੱਕ ਦਿਨ ਉਹ ਕੰਮ ਦੇ ਵਿੱਚ ਲੱਗੇ ਹੋਏ ਸਨ, ਪਿੱਛੋਂ ਆਵਾਜ਼ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਕਿਸੇ ਨੇ ਉਹਨਾਂ ਨੂੰ ਫਤਿਹ ਬੁਲਾਈ, ਉਹਨਾਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਨਿਹੰਗ ਸਿੰਘ ਖੜ੍ਹੇ ਸੀ। ਬਜ਼ੁਰਗਾਂ ਨੇ ਸੋਚਿਆ ਇੱਥੇ ਤਾਂ ਦੂਰ ਦੂਰ ਤੱਕ ਕੋਈ ਸਰਦਾਰ ਜਾਂ ਸਰਦਾਰਾਂ ਦਾ ਪਿੰਡ ਜਾਂ ਇਲਾਕਾ ਨਹੀਂ ਹੈ, ਬਹੁਤ ਸਮੇਂ ਤੋਂ ਉੱਚੇ ਉੱਥੇ ਰਹਿ ਰਹੇ ਸੀ, ਕਈ ਉਹਨਾਂ ਦੇ ਸਰਦਾਰ ਤੱਕ ਦੇਖਿਆ ਤੱਕ ਨਹੀਂ ਸੀ। ਅੱਜ ਇਹ ਨਿਹੰਗ ਸਿੰਘ ਇੱਕਦਮ ਇੱਥੇ ਕਿਵੇਂ ਖੜ੍ਹੇ ਹੋ ਗਏ? ਬਜ਼ੁਰਗਾਂ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ, ਇੱਥੇ ਕਿਵੇਂ ਆਏ ਹੋ? ਉਹ ਨਿਹੰਗ ਸਿੰਘ ਨੇ ਦੱਸਿਆ ਕਿ ਉੱਥੇ ਦਾ ਹੀ ਵਸਨੀਕ ਹੈ, ਲਾਗਲੇ ਪਿੰਡ ਵਿੱਚ ਰਹਿੰਦਾ ਹੈ। ਅਤੇ ਬਜ਼ੁਰਗਾਂ ਨੇ ਦੱਸਿਆ ਕਿ ਉਹ ਇੱਕ ਬਿਹਾਰੀ ਸੀ, ਉਸਦੀ ਬੋਲਬਾਣੀ ਤੋਂ ਪਤਾ ਚੱਲਦਾ ਸੀ ਕਿ ਉੱਥੇ ਦਾ ਪੱਕਾ ਵਸਨੀਕ ਹੈ, ਬਾਣੇ ਦਾ ਧਾਰਨੀ ਸੀ। ਬਜ਼ੁਰਗ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਤਾਂ ਬਿਹਾਰੀ ਹੋ, ਤੁਹਾਡੇ 'ਤੇ ਗੁਰੂ ਗ੍ਰੰਥ ਸਾਹਿਬ ਦੀ ਕਿਵੇਂ ਕਿਰਪਾ ਹੋਈ? ਤੁਸੀਂ ਖਾਲਸਾ ਸਜੇ, ਇਸ ਦੇ ਬਾਰੇ ਦੱਸੋ। ਉਹਨੇ ਅੰਗ ਦੱਸਣ ਲੱਗਿਆ ਕਿ ਉੱਥੇ ਹੀ ਕੋਲ ਛੋਟਾ ਜਿਹਾ ਪਿੰਡ ਹੈ ਜਿੱਥੇ ਉਹ ਰਹਿੰਦਾ ਹੈ, ਉਹ ਨਿੱਜੀ ਜਾਤੀ ਉਹ ਨੀਚੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ। ਉਹਨਾਂ ਨੇ ਪਰਿਵਾਰ ਦੇ ਵਿੱਚ ਅੰਤ ਗਰੀਬੀ ਸੀ, ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਸੀ, ਸੋ ਉਹਨਾਂ ਦੇ ਘਰ ਵਾਲਿਆਂ ਨੂੰ ਉਹਦੀ ਛੋਟੀ ਉਮਰ ਵਿੱਚ ਹੀ ਇੱਕ ਟਰੱਕ ਡਰਾਈਵਰ ਦੇ ਨਾਲ ਭੇਜ ਦਿੱਤਾ, ਹੈਲਪਰ ਦੇ ਤੌਰ 'ਤੇ ਉਹ ਕੰਮ ਕਰਦਾ ਸੀ। ਹੌਲੀ ਹੌਲੀ ਉਹ ਡਰਾਈਵਰ ਹੀ ਵੀ ਸਿੱਖਦਾ ਰਿਹਾ। ਘਰ ਵਾਲਿਆਂ ਨੂੰ ਅਚਾਨਕ ਇੰਨਾ ਅਸਰ ਹੋ ਚੁੱਕਾ ਸੀ ਕਿ ਕੋਈ ਨਾ ਕੋਈ ਖਰਚਾ ਤਾਂ ਜ਼ਰੂਰ ਲੈ ਕੇ ਆਵੇਗਾ। ਸਵੱਬ ਦੇ ਨਾਲ ਟਰੱਕ ਡਰਾਈਵਰ ਵੀ ਸਰਦਾਰ ਸੀ ਅਤੇ ਅੰਮ੍ਰਿਤਧਾਰੀ ਸੀ। ਕਾਫੀ ਸਮਾਂ ਉਸਦੇ ਟਰੱਕ ਡਰਾਈਵਰ ਦੇ ਨਾਲ ਬਿਤਾਇਆ। ਉਹ ਰੋਜ਼ ਦੇਖਦਾ ਕਿ ਸਵੇਰੇ ਜਲਦੀ ਡਰਾਈਵਰ ਉੱਠ ਜਾਂਦਾ, ਇਸ਼ਨਾਨ ਕਰਕੇ ਬਾਣੀ ਪੜ੍ਹਦਾ ਹੈ, ਫਿਰ ਤੋਂ ਕੰਮ ਸ਼ੁਰੂ ਕਰਦਾ। ਇਸ ਤਰ੍ਹਾਂ ਟਰੱਕ ਡਰਾਈਵਰ ਦਾ ਪ੍ਰਭਾਵ ਉਸਦੇ ਉੱਤੇ ਪੈਣ ਲੱਗਿਆ, ਉਸਦੇ ਅੰਦਰ ਇੱਕ ਵਿਚਾਰ ਪੈਦਾ ਹੋਣ ਲੱਗਿਆ। ਇੱਕ ਦਿਨ ਉਸਨੇ ਡਰਾਈਵਰ ਨੂੰ ਕਿਹਾ, ਮੈਂ ਵੀ ਤੁਹਾਡੇ ਵਰਗਾ ਸਰਦਾਰ ਬਣਨਾ ਚਾਹੁੰਦਾ ਹਾਂ,
ਮੈਨੂੰ ਵੀ ਸਰਦਾਰ ਬਣਾ ਦਿਓ। ਡਰਾਈਵਰ ਨੇ ਕਿਹਾ, ਮੈਂ ਕੌਣ ਹੁੰਦਾ ਹਾਂ ਤੈਨੂੰ ਸਰਦਾਰ ਬਣਾਉਣ ਵਾਲਾ, ਜੋ ਮੇਰੇ ਤੋਂ ਹੋ ਸਕਦਾ ਉਹ ਕਰਦਾ ਹਾਂ। ਡਰਾਈਵਰ ਦੇ ਕਹਿਣ ਲੱਗ ਗਏ ਹੌਂਸਲੇ, ਪਹਿਲਾਂ ਕੇਸ ਰੱਖ ਲਏ, ਉਸਨੇ ਸਿਮਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਇੱਕ ਦਿਨ ਡਰਾਈਵਰ ਨੇ ਕਿਹਾ, ਚਲੋ ਹੁਣ ਤੈਨੂੰ ਸਿੰਘ ਸਜਾਉਂਦੇ ਹਾਂ, ਤਾਂ ਉਹ ਡਰਾਈਵਰ ਉਸਨੂੰ ਅਨੰਦਪੁਰ ਸਾਹਿਬ ਲੈ ਆਇਆ। ਉੱਥੇ ਉਹ ਡਰਾਈਵਰ ਉਸਨੂੰ ਨਿਹੰਗਾਂ ਦੀ ਛਾਉਣੀ ਦੇ ਵਿੱਚ ਲੈ ਆਇਆ। ਨਿਹੰਗ ਸਿੰਘਾਂ ਨੇ ਉਸਨੂੰ ਡਰਾਈਵਰ ਨੂੰ ਕਿਹਾ ਕਿ ਇਹ ਅੰਮ੍ਰਿਤ ਛਕਣਾ ਚਾਹੁੰਦਾ ਹੈ, ਤਾਂ ਨਿਹੰਗ ਸਿੰਘ ਨੇ ਉਸਨੂੰ ਅੰਮ੍ਰਿਤ ਛਕਾ ਦਿੱਤਾ, ਉਸਨੂੰ ਸੁਆਬ ਦੇ ਨਾਲ ਨਿਹੰਗ ਵੀ ਬਣਾ ਦਿੱਤਾ। ਨਿਹੰਗਾਂ ਦੇ ਜਥੇਦਾਰ ਸਾਹਿਬ ਨੇ ਉਸਨੂੰ ਪੁੱਛਿਆ, ਤੂੰ ਬਾਣੀ ਪੜ੍ਹ ਲੈਂਦਾ ਹੈ? ਤਾਂ ਉਸਨੇ ਕਿਹਾ ਕਿ ਬਾਣੀ ਤਾਂ ਮੈਨੂੰ ਪੜ੍ਹਨੀ ਨਹੀਂ ਆਉਂਦੀ। ਨਿਹੰਗਾਂ ਨੇ ਉਸਨੂੰ ਆਪਣੇ ਕੋਲ 3-4 ਮਹੀਨੇ ਰੱਖਿਆ, ਬਾਣੀ ਪੜ੍ਹਨੀ ਸਿਖਾਈ, ਸ਼ਾਸਤਰ ਵਿੱਦਿਆ ਵੀ, ਗੱਤਕਾ ਵੀ ਸਿਖਾਇਆ। ਉੱਥੋਂ ਫਿਰ ਉਹ ਵਾਪਸ ਆਪਣੇ ਪਿੰਡ ਵਿਹਾਰ ਆਇਆ। ਉਸਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਰੇਲਵੇ ਲਾਈਨ ਨਿਕਲਦੀ ਹੈ, ਲਾਈਨ ਦੇ ਇੱਕ ਪਾਸੇ ਉਹਨਾਂ ਦੇ ਘਰ ਹਨ ਜਿਨ੍ਹਾਂ ਨੂੰ ਨੀਚੀ ਜਾਤੀ ਵਾਲੇ ਕਿਹਾ ਜਾਂਦਾ ਹੈ, ਲਾਈਨ ਦੇ ਦੂਜੇ ਪਾਸੇ ਜਾਤੀ ਦੇ ਠਾਕਰਾਂ ਦੇ ਘਰ ਸਨ, ਉੱਚ ਜਾਤੀ ਦੇ ਠਾਕਰਾਂ ਦੇ ਘਰ ਸਨ। ਉਸਨੇ ਉੱਚੀ ਜਾਤੀ ਵਾਲੇ ਠਾਕਰ ਉਹਨਾਂ ਦੇ ਨਾਲ ਧੱਕਾ ਕਰਦੇ ਸਨ, ਕਬਜ਼ੇ ਕਰਦੇ ਸਨ, ਉਹਨਾਂ ਦੀ ਹਕੂਮਤ ਦੇ ਜ਼ਬਤ ਕਰਦੇ ਸਨ, ਬੈਠੇ ਸਨ। ਇੱਕ ਦਿਨ ਇੰਜ ਹੀ ਕੁਝ ਗਲਤ ਹੋ ਰਿਹਾ ਸੀ, ਤਾਂ ਨਿਹੰਗ ਸਿੰਘ ਨੇ ਦੇਖਣਾ ਹੋਇਆ, ਉਹ ਰੇਲਵੇ ਲਾਈਨ 'ਤੇ ਖੜ੍ਹਾ ਹੋ ਗਿਆ। ਕਹਿਣ ਲੱਗਿਆ, ਹੁਣ ਇੱਥੇ ਖਾਲਸੇ ਦਾ ਰਾਜ ਹੋ ਚੁੱਕਾ ਹੈ, ਹੁਣ ਇੱਥੇ ਕੁਝ ਵੀ ਨਜਾਇਜ਼ ਨਹੀਂ ਚੱਲੇਗਾ, ਜੇ ਕੁਝ ਗਲਤ ਹੋਇਆ ਤਾਂ ਖਾਲਸੇ ਦੇ ਨਾਲ ਭਿੜਨਾ ਪਵੇਗਾ। 4-5 ਦਿਨਾਂ ਤੱਕ ਕੁਝ ਨਹੀਂ ਹੋਇਆ, ਅਤੇ ਇੱਕ ਦਿਨ ਠਾਕੁਰਾਂ ਦੇ ਮੁੰਡੇ ਨੇ ਇਕੱਠੇ ਹੋ ਕੇ ਨਿਹੰਗ ਸਿੰਘ ਉੱਤੇ ਹਮਲਾ ਕਰ ਦਿੱਤਾ। ਨਿਹੰਗ ਸਿੰਘ ਨੇ ਦੇਖਿਆ ਉਹ 15-20 ਲੋਕ ਸਨ। ਨਿਹੰਗ ਸਿੰਘ ਨੇ ਅਰਦਾਸ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਅੰਗ ਸੰਗ ਸਹਾਈ ਹੋਵੋ, ਮੇਰੇ ਅੰਗ ਸੰਗ ਸਹਾਈ ਹੋਵੋ, ਪਿੱਠ ਨਾ ਲੱਗਣ ਦਿਓ, ਮੇਰੀ ਲਾਜਪਤ ਤੁਸੀਂ ਬਚਾਉਣੀ ਹੈ। ਇਹ ਅਰਦਾਸ ਕਰਕੇ ਉਸਨੇ ਮਿਆਨ ਵਿੱਚੋਂ ਕਿਰਪਾਨ ਧੂ ਲਈ ਅਤੇ 15-20 ਬੰਦਿਆਂ ਦੇ ਨਾਲ ਭਿੜ ਪਿਆ। ਗੱਤਕੇ ਦੇ ਜੌਹਰ ਦਿਖਾ ਲਏ, ਉਸਨੇ ਆਪਣੇ ਕੋਲ ਕੋਈ ਨਾ ਆਉਣ ਦਿੱਤਾ। ਫਿਰ ਕਿਸੇ ਨੇ ਪਿੱਛੋਂ ਹਮਲਾ ਕਰਕੇ ਉਸਨੂੰ ਸੁੱਟ ਦਿੱਤਾ, ਪਰ ਉਹ ਇੱਕਦਮ ਖੜ੍ਹਾ ਹੋ ਗਿਆ। ਉਸਨੇ ਫਿਰ ਤੋਂ ਮੋਰਚਾ ਸਾਂਭ ਲਿਆ, ਇੱਕ ਦਰਖਤ ਦੀ ਓਟ ਲੈਣ ਲਈ ਉਹ ਹੌਲੀ ਹੌਲੀ ਪਿੱਛੇ ਜਾਣ ਲੱਗਾ। ਫਿਰ ਇੱਕ ਵਾਰ ਹੁੰਦਾ ਉਸਦੇ ਨਿਹੰਗ 'ਤੇ ਸਿੰਘ ਡਿੱਗ ਜਾਂਦਾ। ਥੋੜ੍ਹੇ ਚਿਰ ਬਾਅਦ ਉਸਨੂੰ ਹੋਸ਼ ਆਉਂਦੀ ਹੈ, ਤਾਂ ਉਹ ਦੇਖਦਾ ਹੈ ਕਿ 15-20 ਬੰਦੇ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਰਹੇ ਹਨ। ਪਰ ਇਹ ਦੇਖ ਕੇ ਉਸਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ 15-16 ਬੰਦੇ ਮੈਦਾਨ ਛੱਡ ਕੇ ਭੱਜ ਚੁੱਕੇ ਸੀ। ਫਿਰ ਕੁਝ ਦਿਨਾਂ ਬਾਅਦ ਉਹ ਠਾਕਰਾਂ ਦੇ ਮੁੰਡੇ ਉਸਨੂੰ ਦੁਬਾਰਾ ਮਿਲੇ ਅਤੇ ਪੁੱਛਿਆ ਕਿ ਤੁਸੀਂ ਉਸ ਦਿਨ ਡਰ ਕੇ ਕਿਉਂ ਭੱਜੇ ਸੀ? ਤਾਂ ਉਹ ਠਾਕਰਾਂ ਦੇ ਮੁੰਡੇ ਕਹਿਣ ਲੱਗੇ ਕਿ ਤੇਰੇ ਕੋਲੋਂ ਕੌਣ ਡਰਦਾ ਹੈ, ਪਰ ਉਹ ਸਰਦਾਰ ਕੌਣ ਸੀ ਜੋ ਘੋੜੇ 'ਤੇ ਆਇਆ ਸੀ? ਉਸਨੇ ਸਾਨੂੰ ਬਹੁਤ ਮਾਰਿਆ, ਇਸ ਕਰਕੇ ਅਸੀਂ ਡਰ ਕੇ ਭੱਜੇ। ਤਾਂ ਉਸਨੇ ਅੰਗ ਸੰਗ ਸਿੰਘ ਦੇ ਸਿਕਾਈ ਹੋ ਕੇ ਉਸੇ ਵੇਲੇ ਜਕਾਰਾ ਛੱਡਿਆ, ਕਿਹਾ ਉਹ ਹੋਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਸਨ ਜੋ ਆਪਣੇ ਖਾਲਸੇ ਦੀ ਰੱਖਿਆ ਕਰਨ ਆਏ ਸੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨਿਹੰਗ ਸਿੰਘ ਜੋ ਬਿਹਾਰ ਦਾ ਰਹਿਣ ਵਾਲਾ ਸੀ ਉਸ 'ਤੇ ਕਿਰਪਾ ਕੀਤੀ। ਗੁਰੂ ਸਾਹਿਬ ਕੋਲ ਹੀ ਸਨ, ਬਸ ਜ਼ਰੂਰਤ ਹੈ ਆਪਣੇ ਅੰਦਰੋਂ ਯਾਦ ਕਰਨ ਦੀ। ਉਹ ਰੱਖਿਆ ਦੇ ਲਈ ਜ਼ਰੂਰ ਆਉਂਦੇ ਹਨ, ਵਿਸ਼ਵਾਸ ਨਹੀਂ, ਇਸ ਗੱਲ 'ਤੇ ਆਪਣੇ ਆਪ 'ਤੇ ਵਿਸ਼ਵਾਸ ਕਰੋ। ਗੁਰੂ ਸਾਹਿਬ ਨੂੰ ਇੱਕ ਵਾਰ ਯਾਦ ਕਰੋ, ਉਹ ਸਦਾ ਅੰਗ ਸੰਗ ਸਹਾਈ ਆਉਣਗੇ। ਇਹ ਸਭ ਤੋਂ ਵੱਡਾ ਸਬੂਤ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੱਚੇ ਪਾਤਸ਼ਾਹ ਤੁਹਾਡੇ ਅੰਗ ਸੰਗ ਹਨ, ਲੋੜ ਹੈ ਉਹਨਾਂ ਨੂੰ ਲੱਭਣ ਦੀ, ਬਾਣੀ ਦੇ ਨਾਲ ਸਿਮਰਨ ਕਰਨ ਦੀ। ਸੋ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ, ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਧੰਨਵਾਦ।